ਬਾਘਾਪੁਰਾਣਾ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਹੈ ਜਦੋਂ ਪੁਲਿਸ ਨੇ ਇੱਕ ਟਰੱਕ ਨੂੰ ਰੋਕਿਆ ਤੇ ਰੋਕਣ ਵੇਲੇ ਉਸ ਟਰੱਕ ਨੂੰ ਜਦੋਂ ਚੈੱਕ ਕੀਤਾ ਗਿਆ ਤਾਂ ਉਸ ਦੇ ਵਿੱਚੋਂ 1200 ਪੇਟੀਆਂ ਨਾਜਾਇਜ਼ ਅੰਗਰੇਜ਼ੀ ਸ਼ਰਾਬ ਬਰਾਮਦ ਕੀਤੀ ਗਈ ਹੈ। ਪੁਲਿਸ ਨੂੰ ਹਾਲੇ ਤੱਕ ਟਰੱਕ ਦੇ ਮਾਲਕ ਦਾ ਪਤਾ ਨਹੀਂ ਲੱਗ ਸਕਿਆ। SHO JSR ਰੰਧਾਵਾ ਨੇ ਦੱਸਿਆ ਕਿ ਪੁਲਿਸ ਦੇ ਵੱਲੋਂ ਜਾਂਚ ਸ਼ੁਰੂ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਪੁਲਿਸ ਦੇ ਵੱਲੋਂ ਐਕਸਾਈਜ਼ ਐਕਟ ਦੇ ਅਧੀਨ ਮਾਮਲਾ ਦਰਜ ਕਰ ਲਿਆ ਗਿਆ। ਇੱਥੇ ਸੁਣਨ ਦੇ ਵਿੱਚ ਇਹ ਵੀ ਆ ਰਿਹਾ ਕਿ ਇਹ ਸ਼ਰਾਬ ਸ਼ਾਹਕੋਟ ਜਾ ਰਹੀ ਸੀ, ਪਰ ਕਿਸ ਪਾਰਟੀ ਦੇ ਵੱਲੋਂ ਇਹ ਸ਼ਰਾਬ ਨੂੰ ਵਰਤਿਆ ਜਾਣਾ ਸੀ ਇਸ ਗੱਲ ਦਾ ਹਾਲੇ ਤੱਕ ਵੀ ਪਤਾ ਨਹੀਂ ਲਗਾਇਆ ਜਾ ਸਕਿਆ। ਦੂਜੇ ਪਾਸੇ ਥਾਣੇ ਦੇ ਵਿੱਚ ਇਹ ਵੀ ਵੇਖਣ ਨੂੰ ਮਿਲਿਆ ਕਿ ਟਰੱਕ ਡਰਾਈਵਰ ਦੇ ਵੱਲੋਂ ਟਰੱਕ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਸਥਾਨਕ ਠੇਕੇਦਾਰਾਂ ਨੇ ਟਰੱਕ ਦੇ ਟਾਇਰ ਦੀ ਹਵਾ ਕੱਢ ਦਿੱਤੀ ਤੇ ਟਰੱਕ ਦੇ ਉੱਪਰ ਕਾਰਵਾਈ ਦੀ ਮੰਗ ਕੀਤੀ। 1300 ਪੇਟੀ ਹੈ ਜੀ, ਤੁਹਾਨੂੰ ਕਿੱਦਾਂ ਪਤਾ ਲੱਗਿਆ ਵੀ ਇਹਦੀ ਸ਼ਰਾਬ? ਇਹ ਸਾਡੀ ਮੰਗਬਰੀ ਸੀ, ਹਰ ਰੋਜ਼ ਨਜਾਇਜ਼ ਸਾਡੇ ਕੋਲੇ ਠੇਕੇ ਆ ਜੀ, ਬਾਘਾਪੁਰਾਂ ਦਾ ਇੱਕ ਗਰੁੱਪ ਜੀ, ਅਸੀਂ ਤਾਂ ਪੇਟੀ ਨਜਾਇਜ਼ ਰੇਟ ਤੇ ਜਿਹੜਾ ਸਾਨੂੰ ਮਹਿਕਮੇ ਨੇ ਦਿੱਤਾ ਰੇਟ ਤੇ ਵੇਚ ਰਹੇ ਆ, ਇਹ ਹਰ ਰੋਜ਼ ਸਸਤੇ ਰੇਟਾਂ ਦੇ ਲੋਕਾਂ ਨੂੰ ਦੇ ਰਹੇ ਆ। ਸਾਨੂੰ ਸ਼ੱਕ ਸੀ ਵੀ ਪੜਤਾ ਤਾਂ ਪੈ ਨਹੀਂ ਰਿਹਾ ਹੈਗਾ ਵੀ ਇਹ ਸਸਤੀ ਕਿਵੇਂ ਦੇ ਰਹੇ ਆ। ਪੂਰਾ ਟਰੱਕ ਆ, ਇਹਦੇ ਵਿੱਚ ਕਿੰਨੀ ਪੇਟੀ ਆ? ਤਕਰੀਬਨ 1200 ਤੋਂ 1500 ਪੇਟੀ ਤਾਈ ਆ ਜੀ, 1500 ਸਾਰੀ 1800। ਕਿਹੜੇ ਕਿਹੜੇ ਬ੍ਰਾਂਡ ਦੀ ਦਾਰੂ ਇਹ? ਹਾਰਟ ਚਵੈਸ ਆ ਜੀ। ਠੀਕ ਹੈ ਵੀਰ, ਕਿੱਥੇ ਤੁਸੀਂ ਕਿੱਥੇ ਫੜੀ ਹੈ ਕਿ ਸ਼ਰਾਬ? ਅਸੀਂ ਜਮਾਂ ਠੇਕੇ ਦੇ ਸਾਹਮਣੇ ਜੀ, ਸਕਾਈ ਗਰੁੱਪ ਦੇ ਕੋਟਕਪੁਰਾ ਮੋਗਾ ਰੋਡ ਤੇ ਜੀ। ਤੁਹਾਡਾ ਗਰੁੱਪ ਕਿਹੜਾ ਜੀ? ਸਾਡਾ ਦਰਿੰਦਰ ਸਿੰਘ ਐਂਡ ਕੰਪਨੀ ਸਾਡਾ ਜੀ, ਬੱਸ ਸਟੈਂਡ ਦੇ ਸਾਹਮਣੇ ਜੀ। ਤੁਹਾਡਾ ਕੀ ਨਾਮ ਹੈ ਜੀ? ਮੇਰਾ ਨਾਮ ਜਸਕਾਰ ਸਿੰਘ, ਜੱਸੀ ਮਾਣੂਕੇ ਜੀ। ਮੇਰੇ ਤੇ ਵੀ ਇਹਨਾਂ ਨੇ ਪਹਿਲਾਂ ਨਜਾਇਜ਼ ਪਰਚੇ ਕਰਾਏ ਜੀ, ਜਿੱਥੋਂ ਫੜੀ ਜਾਂਦੀ ਹੈ ਵੀ ਉਹਦੀ ਦਾਰੂ ਆ ਜੀ ਫਲਾਨਾ, ਅਸੀਂ ਸਬੂਤ ਪੇਸ਼ ਕੀਤਾ ਸਾਹਮਣੇ ਜੀ ਇਹਨਾਂ ਦੇ, ਜੇ ਸਾਡੀ ਹਜੇ ਵੀ ਨਹੀਂ ਸੁਣਵਾਈ ਹੁੰਦੀ ਫਿਰ ਬਸ। ਇਹ ਦੇਖੋ ਆਉਣ ਤੇ ਜਾਣ ਬਾਰੇ ਤਾਂ ਅਸੀਂ ਵੈਰੀਫਾਈ ਕਰ ਰਹੇ ਹਾਂ ਵੀ ਕਿੱਥੋਂ ਆਇਆ ਤੇ ਕਿੱਥੋਂ ਜਾ ਰਿਹਾ ਸੀ, ਪਰ ਇਹ ਹੈ ਵੀ ਕੋਈ ਸਾਡੇ ਕੋਲ ਇਨਫੋਰਮੇਸ਼ਨ ਸੀ, ਸੀਕਰੇਟ ਇਨਫੋਰਮੇਸ਼ਨ, ਜਿਹਦੇ ਆਧਾਰ ਤੇ ਅਸੀਂ ਆਪਣੇ ਐਕਸਾਈਜ਼ ਇੰਸਪੈਕਟਰ ਸੀਗੇ ਉਹਨਾਂ ਨੂੰ ਨਾਲ ਲੈ ਕੇ ਨਾਕਾ ਲਾਇਆ ਤੇ ਜਿਸ ਸਾਨੂੰ ਬੜੀ ਵੱਡੀ ਸਫਲਤਾ ਮਿਲੀ। ਸਾਨੂੰ 1200 ਪੇਟੀ ਬਰਾਮਦ ਹੋਈ ਹੈ, 10,000 ਟਰੱਕ ਆ ਉਹਦੇ 'ਚੋਂ ਜਿਹੜੀ ਆਫਿਸਰਸ ਚੋਇਸ ਸ਼ਰਾਬ ਹੈ, ਅਤੇ ਬਾਕੀ ਅਸੀਂ ਉਸ ਗੱਲ ਦੀ ਤਹਿ ਤੱਕ ਜਾ ਰਹੇ ਹਾਂ ਵੀ ਇਹ ਕਿੱਥੋਂ ਆਈਏ ਅਤੇ ਕਿੱਥੇ ਜਾਣੀ ਸੀ। ਸਰ ਇਹ ਜਿਹੜੇ ਟਰੱਕ ਤੇ ਹੁਣ ਪਰਚਾ ਕਿਸ ਧਾਰਾ ਦੇ ਅਧੀਨ? ਇਹ ਸਰ ਸੁਣਨ ਚ ਇਹ ਵੀ ਆਇਆ ਕਿ ਇਹ ਦਾਰੂ ਕਿ ਇਹ ਸ਼ਾਹਕੋਟ ਚਿਮਨੀ ਚੋਣਾਂ ਦੇ ਵਿੱਚ ਜਾ ਰਹੀ ਸੀ। ਇਹਦੇ ਬਾਰੇ ਤਾਂ ਅਸੀਂ ਵੈਰੀਫਾਈ ਕਰ ਰਹੇ ਹਾਂ ਜੀ, ਵੈਰੀਫਾਈ ਕਰਕੇ ਸਾਨੂੰ ਪਤਾ ਲੱਗ ਸਕਦਾ ਇੱਦਾਂ ਆਪਾਂ ਕਹਿ ਸਕਦੇ।